ਇਸ ਚੋਰ ਦੇ ਕਾਰਨਾਮੇ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ। ਜਦੋਂ ਇਸਨੇ ਟੈਂਪੂ 'ਚ ਰੱਖਿਆ ਦੁੱਧ ਵਾਲਾ ਡਰਮ ਹੀ ਚੁੱਕ ਲਿਆ ਤੇ ਇਹ ਸਾਰੀ ਘਟਨਾ ਬਾਜ਼ਾਰ 'ਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਪਹਿਲਾਂ ਇਹ ਚੋਰ ਟੈਂਪੂ ਦੇ ਆਲੇ ਦੁਆਲੇ ਘੁੰਮਦਾ ਨਜ਼ਰ ਆਉਂਦਾ ਤੇ ਇਸਨੇ ਆਪਣਾ ਮੂੰਹ ਵੀ ਨਹੀਂ ਬੰਨਿਆ ਹੁੰਦਾ ਅਤੇ ਇਹ ਟੈਂਪੂ ਇੱਕ ਦੁਕਾਨ ਦੇ ਕੋਲ ਖੜਾ ਹੁੰਦਾ ਤੇ ਜਿਵੇਂ ਹੀ ਇਸ ਚੋਰ ਨੂੰ ਮੌਕਾ ਮਿਲਦਾ ਤਾਂ ਇਹ ਆਪਣੀ ਬਾਈਕ ਤੇ ਆਉਂਦਾ, ਮੂੰਹ ਢੱਕ ਕੇ ਆਉਂਦਾ ਅਤੇ ਟੈਂਪੂ ਦੇ ਵਿੱਚ ਰੱਖਿਆ ਦੁੱਧ ਵਾਲਾ ਡਰਮ ਚੁੱਕ ਕੇ ਫਰਾਰ ਹੋ ਜਾਂਦਾ। ਅਤੇ ਜਦੋਂ ਇਸ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਇਸ ਚੋਰ ਨੇ ਆਪਣਾ ਮੂੰਹ ਵੀ ਢੱਕ ਲਿਆ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਚੋਰ ਨੇ ਪਹਿਲਾਂ ਆਪਣਾ ਚਿਹਰਾ ਵੀ ਨਹੀਂ ਢੱਕਿਆ ਹੁੰਦਾ ਤੇ ਜਦੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਤਾਂ ਉਹ ਆਪਣਾ ਮੂੰਹ ਵੀ ਢੱਕ ਲੈਂਦਾ। ਇਹ ਚੋਰ ਨਵਾਂ ਸ਼ਹਿਰ ਦੇ ਬੰਗਾ 'ਚ ਵੇਖਿਆ ਜਾ ਸਕਦਾ ਜਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਜੇ ਤੁਹਾਡੇ ਵੀ ਆਲੇ ਦੁਆਲੇ ਇਹ ਚੋਰ ਘੁੰਮਦਾ ਨਜ਼ਰ ਆਵੇ ਤਾਂ ਇਸਦੀ ਸੂਚਨਾ ਤੁਸੀਂ ਤੁਰੰਤ ਪੁਲਿਸ ਨੂੰ ਦੇ ਸਕਦੇ ਹੋ। ਦੱਸਣਾ ਬਣਦਾ ਕਿ ਜਿਸ ਟੈਂਪੂ ਦੇ ਵਿੱਚੋਂ ਇਸ ਚੋਰ ਨੇ ਦੁੱਧ ਵਾਲਾ ਡਰਮ ਚੁੱਕਿਆ ਉਹ ਖਾਲੀ ਹੁੰਦਾ ਤਾਂ ਇਹ ਸਿਲਵਰ ਦੇ ਡਰਮ ਨੂੰ ਚੁੱਕ ਕੇ ਫਰਾਰ ਹੋ ਜਾਂਦਾ। ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ। ਅਕਸਰ ਹੀ ਚੋਰਾਂ ਵੱਲੋਂ ਸੋਨਾ ਚਾਂਦੀ ਤੇ ਹੋਰ ਲੁੱਟਾਂ ਖੂਹਾਂ ਨੂੰ ਅੰਜਾਮ ਦਿੱਤਾ ਜਾਂਦਾ, ਪਰ ਇਹ ਪਹਿਲਾ ਚੋਰ ਹੈ ਜਿਸਨੇ ਦੁੱਧ ਵਾਲੇ ਡਰਮ ਜੋ ਕਿ ਖਾਲੀ ਹੁੰਦਾ ਉਸਨੂੰ ਹੀ ਚੁੱਕ ਕੇ ਇਹ ਫਰਾਰ ਹੋ ਗਿਆ। ਤਸਵੀਰਾਂ ਬੰਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਚੋਰ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।